ਸਤਿ ਸ਼੍ਰੀ ਅਕਾਲ ਭਾਈ, ਕਿੱਦਾਂ ਕੀ ਹਾਲ ਚਾਲ ਜੀ? ਰੈਡੀ ਰੈਡੀ ਭਾਈ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਵਰਿੰਦਰ ਸਿੰਘ ਕੁੰਮਨ, IFBB Pro ਫਰੋਮ ਇੰਡੀਆ। ਔਰ SS ਪ੍ਰੋਡਕਸ਼ਨ ਦੇ ਪੇਜ 'ਤੇ ਜੋ ਅੱਜ ਦਾ ਸਵਾਲ ਸਾਨੂੰ ਪੁੱਛਿਆ ਗਿਆ, ਨਾਮ ਹੈ ਪੁੱਛਣ ਵਾਲੇ ਦਾ ਗਿੱਲ ਰਣਜੋਤ। ਮੈਨੂੰ ਪਤਾ ਲੱਗਾ ਵੀ ਬਹੁਤ ਹੀ ਸੁਰੀਲਾ ਗਾਇਕ ਹੈ, ਬਹੁਤ ਵਧੀਆ ਗਾਉਂਦਾ ਮੁੰਡਾ। ਸੋ ਉਹਨਾਂ ਦਾ ਸਵਾਲ ਇਹ ਸੀਗਾ ਕਿ ਭਾਅ ਜੀ, ਇੱਕ ਟਾਈਮ 'ਤੇ ਮੈਂ ਬੋਡੀ ਨੂੰ ਟਰਾਂਸਫੋਰਮ ਕਰਨਾ ਚਾਹੁੰਦਾ, ਵੀ ਕਿਸ ਤਰ੍ਹਾਂ ਮੇਰਾ ਬੋਡੀ ਫੈਟ ਪਰਸੈਂਟੇਜ ਘੱਟ ਹੋਵੇ ਔਰ ਮਸਲ ਜਿਹੜਾ ਮਾਸ ਹੈ ਉਹ ਵੀ ਮੇਰਾ ਗੇਨ ਹੋਣਾ ਚਾਹੀਦਾ। ਸੋ ਰਣਜੋਤ ਸਾਹਿਬ, ਬੜੀ ਸਿੰਪਲ ਜੀ ਇਹਦੇ ਵਿੱਚ ਲੌਜਿਕ ਹੈ ਕਿ ਮੈਂ ਕੱਲ੍ਹ ਆਪਣੇ ਵਰਿੰਦਰ ਕੁੰਮਨ ਯੂਟਿਊਬ ਚੈਨਲ 'ਤੇ ਵੀ ਲਾਂਚ ਕੀਤਾ ਹੈ ਵੀ ਤੁਹਾਡੀ ਬੋਡੀ ਦੇ ਅਕੋਰਡਿੰਗਲੀ ਤੁਹਾਡੀ ਕੈਲਰੀ ਇਨਟੇਕ ਚਾਰਟ ਹੈ, ਤੁਸੀਂ ਉਹਨੂੰ ਫੋਲੋ ਕਰੋ ਪਲੀਜ਼। ਪਹਿਲਾਂ ਤਾਂ ਜਦੋਂ ਤੁਸੀਂ ਉਸ ਕੈਲਕੂਲੇਸ਼ਨ ਨੂੰ ਸਮਝ ਲਓਗੇ, ਤੁਹਾਨੂੰ ਪਤਾ ਲੱਗੇਗਾ ਵੀ ਤੁਹਾਡੀ ਬੋਡੀ ਨੂੰ ਟਰਾਂਸਫੋਰਮ ਕਰਨ ਵਾਸਤੇ ਕਿੰਨੀਆਂ ਕੈਲਰੀਜ਼ ਦੀ ਲੋੜ ਹੈ। ਔਰ ਇੱਕ ਪ੍ਰੋਪਰ ਡਾਇਟ ਪਲੈਨ, ਉਹਦੇ ਨਾਲ ਪ੍ਰੋਪਰ ਵੇਟ ਟ੍ਰੇਨਿੰਗ, ਸਪੈਸ਼ਲੀ ਕੰਪਾਊਂਡ ਐਕਸਰਸਾਈਜ਼ ਮਸਲਸ, ਵੱਡੇ ਮਸਲਸ ਨੂੰ, ਲੈਗਸ ਨੂੰ, ਬੈਕ ਨੂੰ, ਔਰ ਨਾਲ ਤੁਸੀਂ ਆਪਣੇ ਚੈਸਟ, ਸ਼ੋਲਡਰਸ, ਜਿਹੜੇ ਬਿਗਰ ਮਸਲਸ ਹੈ ਉਹਨਾਂ ਨੂੰ ਸਰਕਲ ਟ੍ਰੇਨਿੰਗ ਦੇ ਵਿੱਚ ਤੁਸੀਂ ਉਹਨੂੰ ਟ੍ਰੇਨ ਕਰੋ। ਐਂਡ ਕਾਰਡੀਓ, ਡੂ ਅ ਕਾਰਡੀਓ ਇਨ ਦਾ ਮੋਰਨਿੰਗ, ਐਮਟੀ ਸਟਮਕ 35 ਤੋਂ 40 ਮਿੰਟ ਕਾਰਡੀਓ ਕਰਨੀ ਬਹੁਤ ਜ਼ਰੂਰੀ ਹੈ। ਔਰ ਉਹਦੇ ਨਾਲ ਤੁਹਾਡਾ ਡਾਇਟ ਪਲੈਨ ਜਿਹੜਾ ਪ੍ਰੋਪਰ ਪ੍ਰੋਟੀਨ, ਕਾਰਬਸ, 60% ਆਫ ਦਾ ਡਾਇਟ ਇਜ਼ ਫਰੋਮ ਕਾਰਬੋਹਾਈਡਰੇਟਸ ਐਂਡ 30% ਫਰੋਮ ਦਾ ਪ੍ਰੋਟੀਨ, ਔਰ ਨਾਲ 5 ਤੋਂ 10% ਜਿਹੜੇ ਗੁੱਡ ਫੈਟਸ ਹੈ। ਸੋ ਇਹ ਸਿੰਪਲ ਜੀ ਚੀਜ਼ ਹੈ, ਇਹਨੂੰ ਤੁਸੀਂ ਫੋਲੋ ਕਰਨ ਦੀ ਕੋਸ਼ਿਸ਼ ਕਰੋ ਔਰ ਮਾਈਟ ਬੀ ਵਿਦਿਨ 5-6 ਵੀਕਸ ਯੂ ਗੈਟ ਅ ਬੈਟਰ ਰਿਜ਼ਲਟਸ, ਕਿ ਤੁਹਾਡੀ ਜਿਹੜੀ ਬੋਡੀ ਦੀ ਟਰਾਂਸਫੋਰਮੇਸ਼ਨ ਹੈ ਉਹ ਹੋਣੀ ਸ਼ੁਰੂ ਹੋ ਜਾਏਗੀ ਵਿਦ ਅ ਕਾਰਡੀਓ, ਵੇਟ ਟ੍ਰੇਨਿੰਗ ਐਂਡ ਡਾਇਟ। ਔਰ ਤੁਹਾਡੀ ਜਿਹੜੀ ਬੋਡੀ ਫੈਟ ਪਰਸੈਂਟੇਜ ਹੈ ਸੋਲੀ 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 ਡਾਊਨ ਜਾਏਗੀ ਔਰ ਜਿਹੜਾ ਮਸਲ ਮਾਸ ਹੈ ਇਨਕਰੀਜ਼ ਹੋਣਾ ਸ਼ੁਰੂ ਹੋ ਜਾਏਗਾ ਔਰ ਬੋਡੀ ਵਿੱਚ ਪ੍ਰੋਪਰ ਬੈਲੈਂਸ ਬਣਿਆ ਰਹੇਗਾ। ਸੋ ਥੈਂਕ ਯੂ ਸੋ ਮਚ ਜੀ, ਮੈਂ ਸੋਚਣਾ ਵੀ ਸ਼ਾਇਦ ਮੇਰੇ ਸਾਥ